ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪੱਕੀ ਗੱਲ ਹੀ ਹੋ ਗਈ ਹੈ ਕਿ ਫੌਜੀਆਂ ਨੂੰ ਉਦੋਂ ਹੀ ਟਾਈਮ ਦਿੱਤਾ ਜਾਂਦਾ ਜਦੋਂ ਅਖੀਰ 'ਤੇ ਹੋਵੇ ਜਾਂ ਦੇਸ਼ 'ਤੇ ਭੀੜ ਬਣੀ ਹੋਵੇ। ਇਹ ਪਹਿਲੀ ਵਾਰੀ ਨਹੀਂ, ਬੜੀ ਵਾਰੀ ਹੋ ਚੁੱਕਿਆ। ਆਪ ਤਖਤ ਸਾਹਿਬ 'ਤੇ ਗੱਲਬਾਤ ਕਰਦਿਆਂ ਮੈਂ ਤੁਹਾਡੇ ਸਾਰਿਆਂ ਦੇ ਇਹਦੇ ਖਿਆਲ 'ਚ ਲਿਆਉਣਾ ਚਾਹੁੰਦਾ ਕਿ ਬਿਲਕੁਲ ਸੇਮ ਟਾਈਪ ਆਫ ਇੱਕ ਗੋਸ਼ਟੀ 11 ਔਰ 12 ਨਵੰਬਰ 2006 ਨੂੰ ਡਾਕਟਰ ਖੜਕ ਸਿੰਘ ਮਾਨ ਹੋਰਾਂ ਦੇ ਉਹਦੇ 'ਚ ਕੀਤੀ ਗਈ। ਉਹਦੇ ਵਿੱਚ ਅੱਜ ਜਿੰਨੀਆਂ ਵੀ ਮੈਂ ਇਹਦੇ 'ਚ ਨੋਟ ਕਰ ਰਿਹਾ ਸੀ ਕਿ ਜਿੰਨੀਆਂ ਵੀ ਗੱਲਾਂ ਅਸੀਂ ਅੱਜ ਡਿਸਕਸ ਕਰ ਰਹੇ ਹਾਂ ਇਹ ਉਸ ਵੇਲੇ ਹੋਈਆਂ, ਉਸ ਵੇਲੇ ਲੈ ਕੇ ਇਹ ਇੱਕ ਕਿਤਾਬ ਦੀ ਸ਼ਕਲ ਦੇ ਵਿੱਚ SGPC ਨੂੰ ਭੇਜੀ ਗਈ, ਜਿਹੜੀ ਕਿ ਅੱਜ ਵੀ ਉਹਦੇ 'ਤੇ ਕਾਫੀ ਇਕੱਠਾ ਪੈ ਗਿਆ ਹੋਣਾ। ਹੁਣ ਤੱਕ ਕਿਸੇ ਇੱਕ ਸੱਜਣ ਨੇ ਇਹਨੂੰ ਪੜ੍ਹਨ ਦੀ ਜਾਂ ਵਿਚਾਰਨ ਦੀ ਅਖੀਰ ਦੇ ਉੱਤੇ ਉਹਦੇ 'ਚ ਪ੍ਰੈਕਟੀਕਲ ਲਿਆਉਣ 'ਚ ਕਿਸੇ ਨੇ ਕੋਈ ਨਹੀਂ ਕੀਤੀ। ਉਸ ਤੋਂ ਬਾਅਦ ਇਹਦੇ 'ਚ ਪੱਕਾ ਲਿਖਿਆ ਸੀ ਕਿ ISC ਨੇ 4 ਵਿੰਗ ਬਣਾਏ ਨੇ ਜਿਹੜੇ ਕਿ SGPC ਨੂੰ ਬੜੀ ਚੰਗੀ ਤਰ੍ਹਾਂ ਸਹਾਇਤਾ ਦੇ ਸਕਦੇ ਨੇ, ਜਿਨ੍ਹਾਂ 'ਚੋਂ ਇੱਕ ਐਜੂਕੇਸ਼ਨ ਵਿੰਗ ਸੀ ਜਿਹਨੇ ਅੱਜ ਪੰਜਾਬ ਦੇ ਵਿੱਚ ਹਰ ਸਾਲ 200 ਕਰੋੜ ਰੁਪਇਆ ਜਿਹੜਾ ਬੱਚਿਆਂ ਨੂੰ ਮਨਾਰਟੀ ਕਮਿਸ਼ਨ ਦਾ ਆ ਰਿਹਾ ਹੈ, ਇਹ ਇੱਕ ISC ਦੀ ਦੇਣ ਸੀ ਸਿੱਖ ਬੱਚਿਆਂ ਨੂੰ। ਸਾਡੇ ਨਾਲ ਬੜੀ ਹਿੰਮਤ ਦੇ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਲਿਆਂ ਨੇ ਵੀ ਕੀਤਾ ਅਤੇ ਅੱਜ ਵੀ ਅਸੀਂ ਔਨਲਾਈਨ ਸਿਸਟਮ 'ਤੇ ਪਹੁੰਚ ਕੇ ਇੰਨਾ ਕੰਮ ਅਜੇ ਵੀ ਕਰ ਰਹੇ ਹਾਂ। ਕੁਛ ਨੇ ਛੱਡ ਦਿੱਤਾ, ਕੁਛ ਕਰ ਰਹੇ ਨੇ, ਪਰ ਫਿਰ ਵੀ ਅੱਜ ਕੱਲ੍ਹ ਬੱਚੇ ਆਪਣੇ ਆਪ ਕਰਦੇ ਜਾ ਰਹੇ ਨੇ। ਅਕਾਲ ਤਖਤ ਸਾਹਿਬ ਦਾ ਜਿਹੜਾ ਹਿਸਟਰੀ ਹੈ ਤੁਸੀਂ ਸਾਰਿਆਂ ਨੇ ਸੁਣ ਲਈ ਹੈ, ਅਤੇ ਮੇਰਾ ਤਾਂ ਇੱਕੋ ਹੀ ਇੱਕ ਪਹਿਰਾ ਮੈਂ ਜ਼ਰੂਰ ਕਹਿਣਾ ਹੈਗਾ ਕਿ ਜਿਹੜਾ ਗੁਰੂ ਸਾਹਿਬ ਜੀ ਦੇ ਅਕਾਲ ਤਖਤ ਨੂੰ ਭ੍ਰਿਸ਼ਟ ਲੀਡਰਾਂ ਅਖੌਤੀ ਜਥੇਦਾਰਾਂ ਦੇ ਨਾਲ ਪਾਕ ਗੱਠਜੋੜ ਕਰਕੇ ਆਪਣੇ ਵਿਰੋਧੀਆਂ ਨੂੰ ਨੀਵਾਂ ਦਿਖਾਉਣ ਲਈ ਵਰਤਿਆ ਜਾ ਰਿਹਾ ਔਰ ਕਾਬਜ ਧੜੇ ਦਾ ਹੀ ਤਖਤ ਬਣ ਕੇ ਰਹਿ ਗਿਆ। ਇਹ ਮੇਰੀ ਇੱਕ ਆਬਜ਼ਰਵੇਸ਼ਨ ਹੈਗੀ ਹੈ ਜਿਹੜੀ ਮੈਂ ਜ਼ਰੂਰ ਕਹਿਣੀ ਚਾਹੁੰਦਾ ਸੀ। ਤੀਸਰਾ, SGPC ਜੋ ਵੀ ਕੰਮ ਕਰ ਰਹੀ ਹੈ, ਜੇ ਅਸੀਂ ਇਹਦੇ ਪਿਛੋਕੜ ਨੂੰ ਦੇਖੀਏ ਤਾਂ ਇੰਨੀ ਚੰਗੀ ਸੰਸਥਾ ਨੂੰ ਕੁਝ ਕਹਿੰਦੇ ਹੋਇਆ ਸਾਨੂੰ ਸ਼ਰਮ ਆਉਂਦੀ, ਪਰ SGPC 'ਚ ਰਹਿ ਕੇ ਲੋਕ ਜੋ ਕੰਮ ਕਰਦੇ ਨੇ ਉਹਨਾਂ ਨੂੰ ਬਿਲਕੁਲ ਸ਼ਰਮ ਨਹੀਂ। ਸੌਰੀ ਫਾਰ ਮਾਈ ਯੂਜ਼ਿੰਗ ਦਿਸ ਵਰਡ। ਮੈਂ ਇੱਕ ਇਹਦੇ 'ਤੇ ਸਿਕਲੀ ਕਰਾਂ ਦੇ ਉੱਤੇ ਮੈਂ ਹੈਦਰਾਬਾਦ ਦੇ ਵਿੱਚ ਪਿਛਲੇ 8 ਸਾਲਾਂ ਤੋਂ ਕੰਮ ਕਰ ਰਿਹਾ। ਮੈਂ ਦੇਖਿਆ ਕਿ ਸਿਕਲੀ ਕਰਾਂ ਦੇ ਬੱਚੇ ਕਿਉਂ ਨਹੀਂ ਪੜ੍ਹ ਰਹੇ, ਕਿਉਂਕਿ 8 ਸਾਲ ਤੱਕ ਸਕੂਲ ਜਾਣ ਵਾਸਤੇ ਉਹਨਾਂ ਦੇ ਕੋਲ ਕੋਈ ਵੀ ਐਸੇ ਸਾਧਨ ਨਹੀਂ ਹੈਗੇ। ਅਸੀਂ ਉਹਨਾਂ ਬੱਚਿਆਂ ਨੂੰ ਜਿਹੜੇ 8ਵੀਂ ਪਾਸ ਜਾਂ 10ਵੀਂ ਪਾਸ ਸਨ ਉਹਨਾਂ ਨੂੰ ਟੈਕਨੀਕਲ ਟ੍ਰੇਨਿੰਗ ਦਿਵਾ ਕੇ ਸਰਵਿਸ ਤੱਕ ਦਿਵਾਈ। ਉਸ ਤੋਂ ਬਾਅਦ ਇੱਕ ਛੋਟਾ ਜਿਹਾ ਕਿੰਡਰਗਾਰਡਨ ਸਕੂਲ ਜਿਹੜਾ 1ਵੀਂ 2ਵੀਂ ਤੱਕ ਖੋਲ੍ਹਿਆ ਗਿਆ। SGPC ਦੇ ਕੋਲ ਮੈਂ ਆਪ ਪ੍ਰੋਜੈਕਟ ਲੈ ਕੇ 3 ਵਾਰੀ ਗਿਆ। ਸਰਦਾਰ ਰੂਪ ਸਿੰਘ ਹੋਰਾਂ ਕੋਲ ਵੀ ਹਾਜ਼ਰ ਹੋਏ, ਸੈਕਟਰੀ ਸਾਹਿਬ ਹੋਰਾਂ ਕੋਲ ਵੀ ਹਾਜ਼ਰ ਹੋਏ। ਇਹਨਾਂ ਨੇ ਕਿਹਾ ਜੀ ਅਸੀਂ ਤੁਹਾਡੀ ਇੰਸਪੈਕਸ਼ਨ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ। ਅਗਸਤ ਸਪਟੈਂਬਰ ਦੇ ਵਿੱਚ ਸਾਡੀ ਇੰਸਪੈਕਸ਼ਨ ਵਾਸਤੇ ਹੈਦਰਾਬਾਦ ਆਏ, ਮੈਂ ਇੱਥੋਂ ਚੱਲ ਕੇ ਗਿਆ। ਪਹਿਲਾਂ ਤਾਂ ਸਾਨੂੰ ਇਹ ਨਹੀਂ ਦੱਸਿਆ ਕਿ ਬੰਦੇ ਕਿੰਨੇ ਆ ਰਹੇ ਨੇ। 6 ਬੰਦੇ ਆ ਕੇ ਮੇਰੇ ਇੱਕ ਛੋਟੇ ਜਿਹੇ ਸਕੂਲ 'ਚ ਬੈਠ ਕੇ ਜੀ ਲੰਗਰ ਤਿਆਰ ਹੈ, ਜੋ ਅਸੀਂ ਖਾਣਾ ਤੁਸੀਂ ਵੀ ਖਾਓ। ਇੱਕ ਉਸ ਤੋਂ ਬਾਅਦ ਸ਼ਾਮ ਨੂੰ ਕਹਿਣ ਲੱਗੇ ਜੀ ਸਾਨੂੰ ਤਾਂ ਏਅਰ ਕੰਡੀਸ਼ਨ ਕਮਰਾ ਚਾਹੀਦਾ ਗੁਰਦੁਆਰੇ 'ਚ। ਮੈਂ ਕਿਹਾ ਜੀ ਅਸੀਂ ਬਾਹਰ ਨਿਕਲ ਜਾਂਦੇ ਹਾਂ, ਤੁਸੀਂ ਆ ਜਾਓ। ਰਿਪੋਰਟ ਲਈ ਸਾਡੀ ਪ੍ਰਿੰਸੀਪਲ ਤੋਂ ਲੈ ਕੇ PN ਤੱਕ ਸਾਰੀ ਇਨਕੁਆਇਰੀ ਕੀਤੀ, ਸਾਡੇ ਅਕਾਊਂਟਸ ਵੀ ਦੇਖੇ ਗਏ ਅਤੇ ਹੁਣ ਮੈਨੂੰ ਪਤਾ ਲੱਗਿਆ ਕਿ ਇੰਨਾ ਕੁਝ ਕਰਨ ਤੋਂ ਬਾਅਦ ਸਾਡੇ ਪ੍ਰੋਜੈਕਟ ਨੂੰ ਰਿਜੈਕਟਡ ਕਰਕੇ ਛੱਡ ਦਿੱਤਾ ਗਿਆ। ਮੈਂ ਇਹ ਕਹਿੰਦਾ ਕਿ ਜਦੋਂ ਤੁਸੀਂ ਅਖਬਾਰਾਂ ਦੇ ਵਿੱਚ ਕੱਢਦੇ ਨੇ ਕਿ ਜੀ ਅਸੀਂ ਸਿਕਲੀਕਰਾਂ ਦੀ ਬੜੀ ਮਦਦ ਕਰ ਰਹੇ, ਅਸੀਂ ਤੁਹਾਨੂੰ ਸਾਰਾ ਕੁਝ ਦਿਖਾ ਕੇ ISC ਨੇ 22 ਲੱਖ ਰੁਪਇਆ ਹੁਣ ਤੱਕ ਲਗਾ ਕੇ ਉਸ ਸਕੂਲ ਨੂੰ ਚਾਲੂ ਰੱਖਿਆ ਅਤੇ ਹੋਰ ਜੇ 2 ਮਹੀਨੇ ਨਹੀਂ ਹੋਇਆ ਤਾਂ ਮੈਨੂੰ ਸਕੂਲ ਬੰਦ ਕਰਨਾ ਪਏਗਾ, ਕਿਉਂਕਿ 1 ਲੱਖ ਰੁਪਇਆ ਮੈਂ ਹਰ ਮਹੀਨੇ ਨਹੀਂ ਖਰਚ ਕਰ ਸਕਦਾ। ਇਹ ਸਾਡੀ ਵਰਕਿੰਗ, ਸਾਡੀ ਉਹ ਦੂਸਰੀ ਹੈਗੀ ਹੈ ਜਿਹਦੇ ਉੱਤੇ ਮੈਂ ਕਮੈਂਟ ਕਰਨਾ ਚਾਹੁੰਦਾ ਸੀ। ਫਿਰ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਨਿਯੁਕਤੀਆਂ ਦੀਆਂ ਅਤੇ ISC ਦੇ ਬਾਰੇ ਵੀ ਅਤੇ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਜਿਹੜੀ ਕਿ ਡਾਕਟਰ ਖੜਕ ਸਿੰਘ ਹੋਰਾਂ ਨੇ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਕੱਢੀ। ਅਸੀਂ ਹਰ ਸਾਲ ਇੱਕ ਇੰਸਟੀਚਿਊਟ ਦੇ ਵਿੱਚ ਇੱਕ ਸੈਮੀਨਾਰ ਕੀਤਾ ਜਾਂਦਾ ਜਿਹੜਾ ਕਿ ਇਸ ਸਾਲ ਵੀ ਹੋਇਆ, ਉਹਦੇ ਵਿੱਚ ਬੜੇ ਬੜੇ ਬੁਲਾਰਿਆਂ ਨੂੰ ਬੁਲਾਇਆ ਜਾਂਦਾ, ਇਸ ਤਰ੍ਹਾਂ ਦੀ ਇੱਕ ਕਿਤਾਬ ਕੱਢੀ ਜਾਂਦੀ ਹੈ। ਅਸੀਂ SGPC
ਦੇ ਨੁਮਾਇੰਦਿਆਂ ਨੂੰ ਵੀ ਬੁਲਾਉਂਦੇ ਰਹੇ ਹਾਂ, ਜਥੇਦਾਰ ਸਾਹਿਬ ਵੀ ਆਏ ਨੇ ਉੱਥੇ, ਉਹਨਾਂ ਨੇ ਵੀ ਆ ਕੇ ਦੇਖਿਆ। ਅਸੀਂ ਉਹ ਜਿਹੜੀ ਬਿਲਡਿੰਗ ਬਣਾਈ ਹੈਗੀ ਉਹਦੇ 'ਚ 9 ਪੜ੍ਹਾਈ ਐਜੂਕੇਸ਼ਨ ਵਾਸਤੇ 9 ਸੰਸਥਾਵਾਂ ਕੰਮ ਕਰ ਰਹੀਆਂ ਨੇ। ਮੈਂ ਸਾਰਿਆਂ ਕੇ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਕਿਸੇ ਵੇਲੇ ਆ ਕੇ ਦੇਖੋ ਕਿ ਕਿੰਨਾ ਕੁ ਚੰਗਾ ਕੰਮ ਹੋ ਰਿਹਾ। ਔਰ ਮੈਂ ਅੱਜ ਜਿੰਨੇ ਵੀ ਫੈਸਲੇ ਤੁਸੀਂ ਲਓਗੇ, ਪ੍ਰੈਕਟੀਕਲ ਕੰਮ ਜੇ ਕਰਨਾ ਹੈਗਾ ਤਾਂ ਤੁਹਾਨੂੰ ਆਪ ਜਾਣਾ ਪਏਗਾ। ਮੈਂ ਹੈਦਰਾਬਾਦ ਦੇ ਵਣਜਾਰਿਆਂ ਦੇ ਕੋਲ ਗਿਆ, ਮੈਂ ਉਹਨਾਂ ਨੇ ਇੱਕ ਗੁਰਦੁਆਰਾ ਸਾਹਿਬ ਟਾਈਪ ਬੁਲਾਇਆ ਹੋਇਆ ਅੰਦਰ, ਜਿਸ ਤਰ੍ਹਾਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸੈਂਕਟਮ ਸੈਂਟੋਰੀਅਮ ਬਣਾਉਂਦੇ ਹਾਂ, ਉਹਨਾਂ ਨੇ ਇੱਕ ਜਗ੍ਹਾ ਗੁਰੂ ਨਾਨਕ ਦੀ ਫੋਟੋ ਅਤੇ ਨਾਲ ਗੁਰੂ ਗੋਬਿੰਦ ਸਿੰਘ ਦੀ ਫੋਟੋ ਸੈਂਟਰ 'ਚ ਰੱਖ ਕੇ ਉੱਥੇ ਮੱਥਾ ਟੇਕਦੇ ਨੇ। ਮੈਂ ਇੱਕ ਪ੍ਰਚਾਰਕ ਭੇਜ ਕੇ ਆਪਣੇ ਵੱਲੋਂ ਉੱਥੇ ਦੀਆਂ ਬੱਚੀਆਂ ਨੂੰ ਪੰਜਾਬੀ ਸਿਖਾਈ, ਉਹ ਅੱਜ ਪੰਜਾਬੀ ਪੜ੍ਹਦੀਆਂ ਨੇ ਅਤੇ ਪੰਜਾਬੀ ਬੋਲਦੀਆਂ ਨੇ। ਜੇ SGPC ਇਸ ਤਰ੍ਹਾਂ ਦਾ ਕੋਈ ਪ੍ਰੈਕਟੀਕਲ ਸਾਨੂੰ ਪ੍ਰੋਜੈਕਟ ਦਿਓ, ਅਸੀਂ ਜਾ ਕੇ ਕਰਕੇ ਤੁਹਾਨੂੰ ਦਿਖਾ ਦਿੰਦੇ। ਅਸੀਂ ਆਪਣੇ ਆਪ 'ਤੇ ਕਰ ਹੀ ਰਹੇ ਹਾਂ, ਉੱਥੇ ਬਹੁਤ ਦੁਨੀਆ ਕਰਦੀ ਪਈ ਹੈ, ਪਰ ਜੇ SGPC ਕਲੇਮ ਕਰਦੀ ਹੈ ਜਾਂ ਤਾਂ ਕਲੇਮ ਹੀ ਨਾ ਕਰਿਆ ਕਰੋ, ਅਤੇ ਜਾਂ ਫਿਰ ਕਲੇਮ ਕਰਦੇ ਨੇ ਅਤੇ ਕੰਮ ਜ਼ਰੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ।